ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਚੈਨਲ ਜਗਲੂ এডਿਕੇਸ਼ਨ ਵਿੱਚ ਜਿਹੜਾ ਆਪਣਾ ਕੋਰਸ ਚੱਲ ਰਿਹਾ ਹੈ ਉਹਦਾ ਅੱਜ ਪੰਜਵਾਂ ਦਿਨ ਹੈ ਤੇ ਅੱਜ ਦਾ ਆਪਣਾ ਟੌਪਿਕ ਹੈ ਜੈਂਡਰ ਜਿਵੇਂ ਆਪਾਂ ਪੰਜਾਬੀ 'ਚ ਕਰਦੇ ਹੁੰਦੇ ਸੀ ਲਿੰਗ ਬਦਲੋ ਉਹੀ ਆਪਣਾ ਅੱਜ ਦਾ ਟੌਪਿਕ ਹੈ ਤੇ ਹੁਣ ਤੱਕ ਅਸੀਂ ਇੰਨੇ ਜ਼ਿਆਦਾ ਸ਼ਬਦ ਬਣਾ ਲਏ ਕਿ ਰਜਿਸਟਰ ਦੇ 10-12 ਪੇਜ ਤਾਂ ਭਾਰੀ ਲਏ ਹੋਣੇ ਤੇ ਉਹਨਾਂ ਸ਼ਬਦਾਂ ਦੇ ਵਿੱਚੋਂ ਬਹੁਤ ਸਾਰੇ ਸ਼ਬਦ ਇਹੋ ਜਿਹੇ ਹੋਣਗੇ ਜਿਹੜੇ ਲਿਵਿੰਗ ਥਿੰਗਸ ਲਈ ਵਰਤੇ ਜਾਂਦੇ ਆਂ ਮਤਲਬ ਉਹਨਾਂ ਲਈ ਵਰਤੇ ਜਾਂਦੇ ਆ ਜਿਨ੍ਹਾਂ ਦੇ ਵਿੱਚ ਜਾਨ ਹੋਵੇ ਤੇ ਜਿਨ੍ਹਾਂ ਦੇ ਵਿੱਚ ਜਾਨ ਹੈ ਉਹਨਾਂ ਦਾ ਹੀ ਅਸੀਂ ਲਿੰਗ ਬਦਲੋ ਕਰਨਾ ਹੁੰਦਾ ਜਿਹੜੀਆਂ ਬੇਜਾਨ ਚੀਜ਼ਾਂ ਰਹਿ ਜਾਂਦੀਆਂ ਨੇ ਪਿੱਛੇ ਉਹਨਾਂ ਨੂੰ ਅਸੀਂ ਇੱਥੇ ਰੱਖ ਦੇਣਾ ਨਿਊਟਰ ਤੇ ਹੁਣ ਲਿੰਗ ਬਦਲੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇੱਕ ਸਾਡੇ ਕੋਲੇ ਪੁਲਿੰਗ ਹੁੰਦਾ ਉਹਨੂੰ ਇੰਗਲਿਸ਼ 'ਚ ਕਹਿੰਦੇ ਆ ਮੈਸਕੁਲੀਨ ਜਿਵੇਂ ਆਪਾਂ ਬੁਆਏ ਹੋ ਗਿਆ ਉਸ ਤੋਂ ਬਾਅਦ ਸਾਡੇ ਕੋਲੇ ਹੁੰਦਾ ਇਸਤਰੀ ਲਿੰਗ ਉਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਹੁੰਨੇ ਆ ਫੈਮਿਨਿਨ ਜਿਵੇਂ ਸਾਡੇ ਕੋਲੇ ਗਰਲ ਹੋ ਗਿਆ ਤੀਜਾ ਆ ਜਾਂਦਾ ਸਾਡੇ ਕੋਲੇ ਕਾਮਨ ਕਾਮਨ ਦਾ ਭਾਵ ਇਹ ਆ ਵੀ ਉਹਦਾ ਕੋਈ ਨਾ ਕੋਈ ਜੈਂਡਰ ਤਾਂ ਹੁੰਦਾਗਾ ਚਾਹੇ ਉਹ ਪੁਲਿੰਗ ਵਾਲ ਹੋਵੇ ਚਾਹੇ ਇਸਤਰੀ ਲਿੰਗ ਵਾਲ ਹੋਵੇ ਪਰ ਉਹਨੂੰ ਇੱਕ ਨਾਮ ਇਹੋ ਜਿਹਾ ਦਿੱਤਾ ਹੋਇਆ ਜੀਤੋਂ ਸਾਨੂੰ ਪਛਾਣ ਕਰਨੀ ਔਖੀ ਹੋ ਜਾਂਦੀ ਆ ਜਿਵੇਂ ਕਹਿ ਲਓ ਬੇਬੀ ਸਾਨੂੰ ਨਹੀਂ ਪਤਾ ਵੀ ਇਹ ਬੋਏ ਆ ਜਾਂ ਗਰਲ ਕੱਲਾ ਇੱਕ ਬੇਬੀ ਸ਼ਬਦ ਇਹਨੂੰ ਦੇਖੋ ਜਾਂ ਸਾਡੇ ਕੋਲੇ ਕਜ਼ਨ ਆਪਾਂ ਕਹਿ ਦਿੰਨੇ ਆ ਕਜ਼ਨ ਹੋ ਗਿਆ ਉਹ ਪਤਾ ਨਹੀਂ ਮੁੰਡਾ ਕ ਕੁੜੀ ਆ ਜਾਂ ਨੇਵਰ ਕਹਿ ਦਿੰਨੇ ਆ ਆਪਾਂ ਨੇਵਾ ਕੌਣ ਹੁੰਦਾ ਜਿਹੜਾ ਸਾਡੇ ਗਵਾਂਡ ਚ ਪੇਰੈਂਟ ਹੋ ਗਿਆ ਹੁਣ ਪੇਰੈਂਟ ਪਤਾ ਨਹੀਂ ਉਹ ਮਦਰ ਆ ਜਾਂ ਫਾਦਰ ਆ ਪਰ ਇੱਕ ਗੱਲ ਇਥੇ ਨੋਟ ਕਰੋ ਫਰਕ ਕੀ ਆ ਇਹਨਾਂ ਦਾ ਜੈਂਡਰ ਹੁੰਦਾਗਾ ਇਹ ਤਾਂ ਇੱਕ ਇਹਨਾਂ ਨੂੰ ਇੱਕ ਸ਼ਬਦ ਦੇਤਾ ਉੱਤੇ ਨਾਮ ਦੇਤਾ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਇੱਧਰ ਲਿਖੀਏ ਜਾਂ ਇੱਧਰ ਲਿਖੀਏ ਉਹ ਅਸੀਂ ਕਾਮਨ ਚ ਹੀ ਲਿਖਤਾ ਤੇ ਅਖੀਰ ਤੇ ਸਾਡੇ ਕੋਲੇ ਆ ਜਾਂਦਾ ਨਿਊਟਰ ਇਹਨਾਂ ਦਾ ਜੈਂਡਰ ਹੁੰਦਾ ਹੀ ਨਹੀਂ ਹੁਣ ਜਿਵੇਂ ਆਪਾਂ ਗੱਲ ਕਰੀ ਆ ਵੀ ਜਾਣ ਵਾਲੀਆਂ ਚੀਜ਼ਾਂ ਦੀ ਆਪਾਂ ਗੱਲ ਕਰ ਰਹੇ ਆ ਲਿਵਿੰਗ ਥਿੰਗਸ ਦੀ ਹੈ ਨਾ ਟਰੀ ਇਦੇ ਵਿੱਚ ਵੀ ਜਾਨ ਆ ਪlant ਹੋ ਗਿਆ ਪੌਦਾ ਇਹਦੇ ਵਿੱਚ ਵੀ ਜਾਨ ਆ ਪਰ ਇਹਨਾਂ ਦਾ ਕੋਈ ਜੈਂਡਰ ਨਹੀਂ ਹੁੰਦਾ ਇਹ ਹਮੇਸ਼ਾ ਨਿਊਟਰ ਹੁੰਦੇ ਆ ਜਦ ਜਿਹੜੀਆਂ ਸਾਡੇ ਕੋਲ ਨੌਨ ਲਿਵਿੰਗ ਥਿੰਗਸ ਹੋ ਗਈਆਂ ਜਿਨ੍ਹਾਂ ਦੇ ਵਿੱਚ ਜਾਨ ਨਹੀਂ ਹੈਗੀ ਉਹ ਸਾਰੀਆਂ ਇਹਦੇ ਵਿੱਚ ਆ ਜਾਂਦੀਆਂ ਨੇ ਨਿਊਟਰ ਕਹਿਣ ਦਾ ਮਤਲਬ ਇਹ ਆ ਅਸੀਂ ਤਿੰਨਾਂ ਦੀ ਗੌਰ ਕਰਨੀਆਂ ਇਹਨਾਂ ਤੇ ਹੀ ਕੰਮ ਕਰਨਾ ਜਦੋਂ ਅਸੀਂ ਅੱਗੇ ਜਾ ਕੇ ਵਾਕ ਬਣਾਵਾਂਗੇ ਤਾਂ ਸਾਡੇ ਲਈ ਬੜਾ ਜ਼ਰੂਰੀ ਹੈ ਫਰਜ਼ ਕਰੋ ਆਪਾਂ ਵਾਕ 'ਚ ਲਿਖਣਾ ਸ਼ੇਰ ਨਹੀਂ ਆਪਾਂ ਸੋਚੀਏ ਨਾ ਵੀ ਯਾਰ ਲਾਇਨ ਤਾਂ ਹੁੰਦਾ ਸ਼ੇਰ ਹੁਣ ਸ਼ੇਰ ਨਹੀਂ ਕੀ ਲਿਖਾਵਾਂ ਪੈ ਗਿਆ ਪੰਗਾ ਜਾਂ ਫਰਜ ਕਰੋ ਆਪਾਂ ਐਕਟਰਨੀ ਦੀ ਗੱਲ ਕਰਦੇ ਆਂ ਵੀ ਯਾਰ ਉਹ ਫਿਲਮ ਜਿਹੜੀ ਆ ਉਹ ਐਕਟਰਨੀ ਸੀ ਨਾ ਉਹਨੇ ਕਮਾਲ ਕਰਤੀ ਫਿਰ ਆਪਾਂ ਸੋਚਾਂਗੇ ਵੀ ਐਕਟਰ ਤਾਂ ਇੰਗਲਿਸ਼ ਚ ਐਕਟਰ ਹੋ ਗਿਆ ਐਕਟਰਨੀ ਦੀ ਕੀ ਇੰਗਲਿਸ਼ ਹੋਈ ਉੱਥੇ ਸਾਨੂੰ ਇਹਦੀ ਜ਼ਰੂਰਤ ਪੈਂਦੀ ਆ ਭੁੱਲ ਕੇ ਵੀ ਇਹ ਜਿਹੜਾ ਟੌਪਿਕ ਐ ਸਕਿੱਪ ਨਾ ਕਰਿਓ ਨੋਟਸ ਪ੍ਰੋਪਰ ਬਣਾ ਲਿਓ ਆਪਦੇ ਵੱਲੋਂ ਵੱਧ ਤੋਂ ਵੱਧ ਰਿਸਰਚ ਕਰਿਓ ਵੀ ਇਹਦਾ ਜੈਂਡਰ ਕੀ ਬਣੂਗਾ ਵੱਧ ਤੋਂ ਵੱਧ ਲਿਖੋ ਜਿੰਨੀ ਅਸੀਂ ਰਿਸਰਚ ਕਰਾਂਗੇ ਉੰਨੀ ਸਾਡੀ ਜਾਣਕਾਰੀ 'ਚ ਵਾਧਾ ਹੋਣਾ ਲਓ ਜੀ ਆਪਾਂ ਸ਼ੁਰੂ ਕਰਦੇ ਆਂ ਇਹਦੇ ਚਾਰ ਰੂਲ ਨੇ ਜਿਹੜੇ ਕਾਮਨ ਜੇ ਨੇ ਦੇਖੋ ਪੱਕਾ ਕੋਈ ਨਹੀਂ ਹੁੰਦਾ ਉਹੀ ਗੱਲ ਫੇਰ ਆ ਪਰ ਆਪਾਂ ਇੱਕ ਸੈਂਪਲ ਜਿਹਾ ਬਣਾ ਲੈਨੇ ਹੁੰਨੇ ਆ ਤਾਂ ਕਿ ਸਾਨੂੰ ਪਤਾ ਲੱਗ ਜੇ ਸਿੱਖਣਾ ਸੌਖਾ ਰਵੇ ਸਭ ਤੋਂ ਪਹਿਲਾਂ ਸਾਡੇ ਕੋਲੇ ਆ ਵੀ ਨਿਊ ਵਰਡ ਵੀ ਸ਼ਬਦ ਹੀ ਬਦਲ ਜਾਂਦਾ ਜਿਵੇਂ ਆਪਾਂ ਬॉय ਐ ਤੇ ਥਾਂ ਤੇ ਨਵਾਂ ਹੀ ਸ਼ਬਦ ਆ ਗਿਆ ਗਰਲ ਜਾਂ ਫਾਦਰ ਐ ਮਦਰ ਲਿਖਤਾ ਪਿਤਾ ਮਾਤਾ ਕਿੰਗ ਕੁਇਨ ਨਵਾਂ ਹੀ ਸ਼ਬਦ ਆ ਗਿਆ ਹਸਬੈਂਡ ਵਾਈਫ ਅੰਕਲ ਆਂਟ ਬਹੁਤ ਸਾਰੇ ਥਾਵਾਂ ਤੇ ਆਂਟੀ ਵੀ ਲਿਖ ਦਿੰਦੇ ਨੇ ਉਹ ਇੰਡੀਅਨ ਇੰਗਲਿਸ਼ ਹੈ ਕੋਈ ਗੱਲ ਨਹੀਂ ਉਹ ਵੀ ਚੱਲਦੀ ਆ ਪ੍ਰਵਾਨ ਹੈ ਬ੍ਰਦਰ ਸਿਸਟਰ ਸਰ ਮੈਡਮ ਬੁੱਲ ਕਾਉ ਹਨਾ گاਂ ਬਲਦ ਉਸ ਤੋਂ ਬਾਅਦ ਡੌਗ ਵਿੱਚ ਠੀਕ ਹੈ ਜੀ ਤੇ ਦੂਜਾ ਆ ਗਿਆ ਸਾਡੇ ਕੋਲੇ ਸ਼ਬਦ ਦੇ ਪਿੱਛੇ ਈ ਡਬਲ ਐਸ ਲਾ ਕੇ ਇਹਦੇ ਵਿੱਚ ਇੱਕ ਨਿੱਕੀ ਜੀ ਗੱਲ ਆ ਨੋਟ ਕਰਨ ਵਾਲੀ ਨੋਟ ਕਰਿਓ ਜਿਵੇਂ ਪੋएट ਆ ਸਾਡੇ ਕੋਲੇ ਕਵੀ ਕਵਿਤਰੀ ਤਾਂ ਵੀਰ ਨੂੰ ਆਪਾਂ ਬਣਾ ਦਾਂਗੇ ਪੋਏਟੈਸ ਪੋਏਟ ਅੱਗੇ ਲਿਖ ਕੇ ਪਿੱਛੇ ਈ ਡਬਲ ਐਸ ਲਾਤਾ ਪੋਏਟੈਸ ਅੱਗੇ ਵੇਟਰ ਤਾਂ ਆਪਾਂ ਵੇਟਰੈਸ ਹੁਣ ਇੱਕ ਚੀਜ਼ ਨੋਟ ਕਰੋ ਸਾਰੇ ਜਣੇ ਧਿਆਨ ਬਣਾ ਲਓ ਆਪਾਂ ਈ ਆਰ ਵੇਟਰ ਲਿਖਿਆ ਇੱਕ ਗੱਲ ਯਾਦ ਰੱਖਿਓ ਜਦੋਂ ਆਪਾਂ ਈ ਡਬਲ ਐਸ ਲਾਉਣਾ ਨਾ ਜੇ ਪਿੱਛੇ ਸ਼ਬਦ ਆਰ ਹੈ ਉਹਦੇ ਅੱਗੇ ਕੋਈ ਵੀ ਬੌਊਲ ਆ ਜੇ ਚਾਹੇ ਏ ਆ ਜੇ ਚਾਹੇ ਈ ਆ ਜੇ ਆਈ ਆ ਜੇ ਓ ਆ ਜੇ ਯੂ ਆ ਜੇ ਇਹਨਾਂ 'ਚੋਂ ਜਿਹੜਾ ਮਰਜ਼ੀ ਆ ਜੇ ਫਿਰ ਉਹ ਬੌਊਲ ਨੂੰ ਅਸੀਂ ਡਿਲੀਟ ਕਰਾਂਗੇ ਤੇ ਫੇਰ e ਡਬਲ ਐਸ ਲਾ ਦਾਂਗੇ ਪਿੱਛੇ ਜਿਵੇਂ ਸਾਡੇ ਕੋਲੇ ਵੇਟਰ ਆ e ਐ ਨਾ e ਇੱਥੋਂ ਡਿਲੀਟ ਕਰੀ ਹੋਈ ਆ ਜਦੋਂ ਆਪਾਂ ਵੇਟਰੈਸ ਲਿਖਣਾ ਤਾਂ ਉਹਦੇ ਵਿੱਚ e ਨਹੀਂ ਆਉਂਦੀ ਐਕਟਰ ਲਿਖਿਆ ਹੋਇਆ o ਆ ਗਈ ਨਾ ਤਾਂ ਇੱਥੇ o ਨਹੀਂ ਆਉਗੀ ਐਕਟ੍ਰੈਸ ਬਣ ਗਿਆ ਐਕਟਰ ਨਹੀਂ ਜਿਹਦੀ ਆਪਾਂ ਗੱਲ ਕਰਦੇ ਸੀ ਅੱਗੇ ਸਾਡੇ ਕੋਲ ਗਾਡ ਆ ਗਿਆ ਇਹ ਅਲੱਗ ਹੈ ਇਹ ਸਾਰਿਆਂ ਨਾਲੋਂ ਵੱਖਰਾ ਹੀ ਆ ਆਪਾਂ ਇੱਕ d ਹੋਰ ਲਾਵਾਂਗੇ ਫੇਰ ਲਿਖਾਂਗੇ ਗਾਡੈਸ ਠੀਕ ਹੈ ਜੀ ਉਦੋਂ ਬਾਅਦ ਸਾਡੇ ਕੋਲ ਪ੍ਰਿੰਸ ਆ ਗਿਆ ਇਹ ਵੀ ਵੱਖਰਾ ਹੀ ਆ ਇਹਦੇ ਪਿੱਛੇ ਈ ਆ ਗਈ ਤਾਂ ਆਪਾਂ ਦੁਬਾਰੇ ਫੇਰ ਈ ਨਹੀਂ ਲਿਖਦੇ ਐ ਇਹ ਨਾ ਕਿ ਵੀ ਈ ਈ ਡਬਲ ਐਸ ਆ ਨਹੀਂ ਲਿਖਦੀ ਐ ਨਾ ਈ ਪਹਿਲਾਂ ਹੀ ਹੈਗੀ ਆ ਡਬਲ ਐਸ ਲਾ ਦੋ ਪ੍ਰਿੰਸੈਸ ਰਾਜਕੁਮਾਰ ਰਾਜਕੁਮਾਰੀ ਉਦੋਂ ਬਾਅਦ ਸਾਡੇ ਕੋਲ ਮਾਸਟਰ ਆ ਗਿਆ ਤਾਂ ਇਹਦਾ ਕੀ ਬਣੂਗਾ ਇਹ ਜਮਾਂ ਹੀ ਵੱਖਰਾ ਆ ਆਪਾਂ ਪਹਿਲਾਂ ਮਾਸਟਰੈਸ ਨਹੀਂ ਲਿਖਦੇ ਫਿਰ ਇਹਨੂੰ ਇਹ ਬਣ ਜੂ ਮਿਸਟ्रेस ਠੀਕ ਹੈ ਜੀ ਐਮ ਆਈ ਐਸ ਮਿਸ ਬਣ ਜੂ ਮੂਰੇ ਫਿਰ ਮਿਸਟ्रेस ਲਾਇਨ ਆ ਗਿਆ ਇਹਨੂੰ ਲਾਇਨ ਐਸ ਠੀਕ ਹੈ ਜੀ ਟਾਈਗਰ ਆ ਗਿਆ ਹੁਣ ਦੇਖੋ ਇੱਥੇ ਵੀ ਨੋਟ ਕਰੋ ਇੱਥੇ ਵੀ ਉਹ ਜਿਹੜਾ ਫਾਰਮੂਲਾ ਉਹ ਵੱਖਰਾ ਹੋ ਗਿਆ ਹੁਣ ਆਪਾਂ ਇਹਨੂੰ ਐਂ ਨਹੀਂ ਬਣਾ ਦੇਣਾ ਐਲ ਆਈ ਐਨ ਈ ਡਬਲ ਐਸ ਵੀ ਆਪਾਂ ਸੋਚੀਏ ਐਨ ਦੇ ਮੂਹਰੇ ਦਾ ਓ ਆ ਨਾ ਇੱਕ ਹੋਰ ਨਾਲ ਵਾਊਲ ਆ ਗਿਆ ਤਾਂ ਕਰਕੇ ਆਪਾਂ ਇੱਥੋਂ ਵਾਊਲ ਨਹੀਂ ਕੱਢਣਾ ਉਹਨੂੰ ਉਵੇਂ ਹੀ ਰੱਖਣਾ ਲਾਈਨ ਪੂਰਾ ਲਿਖਣਾ ਫਿਰ ਈ ਡਬਲ ਐਸ ਪਿੱਛੇ ਲਾਉਣੀ ਆ ਇਹ ਪੱਕੇ ਰੂਲ ਨਹੀਂ ਹੁੰਦੇ ਯਾਦ ਰੱਖਿਓ ਇਹਨਾਂ ਦਾ ਇੱਕੋ ਇੱਕ ਤਰੀਕਾ ਵੱਧ ਤੋਂ ਵੱਧ ਪ੍ਰੈਕਟਿਸ ਨਾਲ ਯਾਦ ਕਰੋ ਤਾਂ ਸਾਡੇ ਦਿਮਾਗ 'ਚ ਸੇਵ ਹੋ ਜਾਣਗੇ ਠੀਕ ਹੈ ਜੀ ਅੱਗੇ ਆ ਗਿਆ ਸਾਡੇ ਕੋਲ ਟਾਈਗਰ ਟਾਈਗਰ ਦੇ ਈ ਆ ਈ ਕੱਢ ਕੇ ਟਾਈਗਰ ਦੀ ਟਾਈਗਰੈਸ ਬਹੁਤ ਸਾਰੀਆਂ ਥਾਵਾਂ ਤੇ ਇਹ ਰੂਲ ਲਾਗੂ ਹੋ ਜਾਂਦਾ ਕਿਤੇ ਨਹੀਂ ਵੀ ਹੁੰਦਾ ਪਰ ਅਸੀਂ ਪ੍ਰੈਕਟਿਸ ਨਾਲ ਯਾਦ ਕਰ ਲੈਣਾ ਅੱਗੇ ਆ ਗਿਆ ਸਾਡੇ ਕੋਲ ਪਿੱਛੇ ਆਈ ਐਨ ਈ ਲਾ ਕੇ ਜਿਵੇਂ ਸਾਡੇ ਕੋਲ ਹੀਰੋ ਹੀਰੋਇਨ ਇਹ ਯਾਦ ਰੱਖਣਾ ਸਾਰਿਆਂ ਨੇ ਪਿੱਛੇ ਆਈ ਐਨ ਈ ਲੱਗਿਆ ਪੂਰਾ ਹੀਰੋ ਲਿਖ ਕੇ ਠੀਕ ਹੈ ਜੀ ਤੇ ਚੌਥਾ ਆ ਗਿਆ ਸਾਡੇ ਕੋਲੇ ਜਿਹੜੇ ਸਾਡੇ ਕੋਲੇ ਕੰਪਾਊਂਡ ਸ਼ਬਦ ਹੁੰਦੇ ਆ ਵੀ ਦੋ ਸ਼ਬਦਾਂ ਨੂੰ ਜਾਂ ਦੋ ਵੱਧ ਨੂੰ ਜੋੜ ਕੇ ਬਣਾਏ ਹੁੰਦੇ ਆ ਜਿਵੇਂ ਆਪਾਂ ਲਿਖਦੇ ਆ ਮਿਲਕਮੈਨ ਹਨਾ ਮਿਲਕ ਕੱਡ ਸ਼ਬਦ ਆ ਮੈਨ ਅੱਡ ਸ਼ਬਦ ਆ ਆਪਾਂ ਲਿਖਤਾ ਫਿਰ ਉਹ ਕੀ ਬਣੂਗਾ ਮਿਲਕ ਮੇਡ ਠੀਕ ਐ ਮੈਨ ਦਾ ਮੇਡ ਬਣ ਗਿਆ ਦੂਜਾ ਸੇਮ ਆ ਲੈਂਡਲੋਰਡ ਆ ਤਾਂ ਉਹ ਲੈਂਡ ਲੇਡੀ ਬਣ ਜੂ ਲੋਰਡ ਦਾ ਲੇਡੀ ਗ੍ਰੈਂਡਫਾਦਰ ਆ ਗ੍ਰੈਂਡ ਮਦਰ ਬਣ ਜੂ ਫਿਸ਼ਰਮੈਨ ਆ ਤਾਂ ਫਿਸ਼ਰ ਵੂਮੈਨ ਬਣ ਜੂ ਸੇਲਜ਼ਮੈਨ ਆ ਸੇਲਜ਼ ਵੂਮੈਨ ਬਣ ਗਿਆ ਉਦੋਂ ਅੱਗੇ ਆ ਗਿਆ ਸਾਡੇ ਕੋਲੇ ਪਹਿਲਾਂ ਇਨਲਾਸ ਵਾਲੇ ਦੇਖ ਲਓ ਫਾਦਰ ਇਨਲਾ ਹੋ ਗਿਆ ਨਾ ਉਹਦਾ ਮਦਰ ਇਨਲਾ ਬਣ ਜੂ brother in law ਉਹਦਾ ਬਣਜੂ sister in law son in law ਉਹਦਾ ਬਣਜੂ daughter in law ਬਸ ਆਪਾਂ ਕੀ ਕਰਨਾ ਦੇਖੀ ਜਾਣਾ in law ਉਮੀ ਰਹੂਗਾ ਫਾਦਾ ਦਾ ਮਦਰ ਬਣਾਤਾ ਠੀਕ ਹੈ ਜੀ ਇਹ ਚੇਂਜ ਕਰਦੇ ਰਵਾਂਗੇ ਤੇ ਇੰਪੋਰਟੈਂਟ ਸਾਡੇ ਕੋਲੇ ਅੱਗੇ ਇੱਕ ਕਹਾਣੀ ਆ ਗਈ ਜਿਹੜੀ ਅਸੀਂ ਸਮਝਣੀ ਆ ਉਹ ਸਾਡੇ ਕੋਲੇ ਆ ਗਿਆ ही ਗੋਟ ਇਹਦਾ ਬਣਜੂ ਸ਼ੀ ਗੋਟ ਸਾਨੂੰ ਪਤਾ ਆਪਾਂ ਬੋਟ ਲਿਖ ਦਿੰਨੇ ਆ ਫਰਜ਼ ਕਰੋ ਲਿਖਤਾ ਪਰ ਸਾਨੂੰ ਇਹ ਨਹੀਂ ਪਤਾ ਵੀ ਇਹ ਬੱਕਰਾ ਹੈ ਕ ਬੱਕਰੀ ਆ ਹੁਣ ਜਦੋਂ ਆਪਾਂ ਉਹਨੂੰ ਲਿੰਗ ਪੁਲਿੰਗ 'ਚ ਲਿਖਣਾ ਤਾਂ ਬੱਕਰੇ ਨੂੰ ਹੀ ਗੋਟ ਲਿਖਾਂਗੇ ਤੇ ਬੱਕਰੀ ਨੂੰ ਸ਼ੀ ਗੋਟ ਜਿਹੜਾ ਗੋਟ ਸ਼ਬਦ ਆ ਜਿਹੜੀ ਉਹ ਇੱਕ ਪ੍ਰਜਾਤੀ ਆ ਉਹਨੂੰ ਦੱਸ ਰਿਹਾ ਪੂਰੀ ਪ੍ਰਜਾਤੀ ਨੂੰ ਪਰ ਜਦੋਂ ਆਪਾਂ ਮੇਲ ਫੀਮੇਲ ਅੱਡ-ਅੱਡ ਲਿਖਾਂਗੇ ਤਾਂ ਐਂ ਲਿਖਾਂਗੇ ਇਹ ਗੱਲ ਸਾਰਿਆਂ ਨੇ ਸੇਵ ਕਰ ਲੈਣੀ ਆ ਅਕਸਰ ਅਸੀਂ ਜਦੋਂ ਜਾਨਵਰਾਂ ਦੇ ਨਾਮ ਵਰਤਦੇ ਆ ਆਪਾਂ ਸਿੱਧਾ ਉਹਦੀ ਪ੍ਰਜਾਤੀ ਦਾ ਨਾਮ ਵਰਤ ਦਿੰਨੇ ਆ ਆਪਾਂ ਫਿਰ ਉਹਨੂੰ ਹੀ ਸ਼ੀਚ ਨਹੀਂ ਲਿਖਦੇ ਕਿਉਂਕਿ ਅਸੀਂ ਪੂਰੀ ਪ੍ਰਜਾਤੀ ਦੀ ਗੱਲ ਕਰ ਰਹੇ ਹੁੰਦੇ ਆਂ। ਉਵੇਂ ਜੇ ਅਸੀਂ ਅੱਜ ਮੈਂ ਡੌਗ ਵਿੱਚ ਹਨ ਜੇ ਅਸੀਂ ਡੌਗ ਪ੍ਰਜਾਤੀ ਦੀ ਗੱਲ ਕਰਨੀ ਆ ਤਾਂ ਕੱਲਾ ਡੌਗ ਵਰਤੋ। ਕੋਈ ਚੱਕਰ ਨਹੀਂ। ਉਹ ਪੂਰੀ ਪ੍ਰਜਾਤੀ ਦੀ ਗੱਲ ਕਰ ਰਿਹਾ। ਇਹ ਗੱਲ ਦਾ ਅਸੀਂ ਖਿਆਲ ਰੱਖਣਾ ਤੇ ਅਖੀਰ ਤੇ ਸਾਡੇ ਕੋਲੇ ਕੁਝ ਕ ਸ਼ਬਦ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਜਾਂ ਤਾਂ ਪੁਲਿੰਗ ਚ ਹੁੰਦੇ ਨੇ ਜਾਂ ਇਸਤਰੀ ਲਿੰਗ ਚ ਹੁੰਦੇ ਨੇ ਤੇ ਉਹਨਾਂ ਦਾ ਬਦਲਾ ਕੋਈ ਨਹੀਂ ਹੈਗਾ ਤੇ ਉਹਨਾਂ ਦਾ ਜੈਂਡਰ ਚੇਂਜ ਕਰਨ ਲਈ ਕੋਈ ਸ਼ਬਦ ਨਹੀਂ ਹੈਗਾ ਸਾਡੇ ਕੋਲੇ ਜਿਵੇਂ ਕੈਪਟਨ ਕੈਪਟਨ ਸਾਨੂੰ ਪਤਾ ਮੈਸਕੁਲੀਨ ਆ ਹਨ ਪਰ ਇਹਦਾ ਕਦੇ ਜੈਂਡਰ ਚੇਂਜ ਨਹੀਂ ਹੁੰਦਾ ਚਾਹੇ ਮੁੰਡਾਗਾ ਚਾਹੇ ਕੁੜੀ ਆ ਉਹਨੂੰ ਅਸੀਂ ਕੈਪਟਨ ਹੀ ਕਹਨੇ ਆ ਹੁਣ ਅੱਗੇ ਸਾਡੇ ਕੋਲੇ ਜੱਜ ਆ ਗਿਆ ਜੱਜ ਵੀ ਚਾਹੇ ਮੁੰਡਾਗਾ ਚਾਹੇ ਕੁੜੀ ਆ ਉਹਨੂੰ ਅਸੀਂ ਜੱਜ ਹੀ ਕਹਨੇ ਆ ਉਸ ਤੋਂ ਬਾਅਦ ਸਾਡੇ ਕੋਲੇ ਹਾਊਸ ਵਾਈਫ ਆ ਗਿਆ ਇਹ ਸ਼ਬਦ ਦਾ ਵੀ ਕਦੇ ਆਪਾਂ ਹਾਊਸ ਹਸਬੈਂਡ ਨਹੀਂ ਲਿਖ ਦੇਣਾ ਹਾਊਸ ਵਾਈਫ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਸ਼ਬਦ ਆ ਉਹਦਾ ਜੈਂਡਰ ਚੇਂਜ ਨਹੀਂ ਕਰਨਾ ਇਹ ਕਾਮਨ ਸ਼ਬਦ ਸੀ ਜਿਨ੍ਹਾਂ ਨੂੰ ਆਪਾਂ ਡੇਲੀ ਰੂਟੀਨ 'ਚ ਵਰਤਦੇ ਆ ਤਾਂ ਲਿਖਤੇ ਵੀ ਕਿਤੇ ਸੀ ਉਲਝ ਜੀ ਅਸੀਂ ਸੋਚੀ ਜਾਈਏ ਵੀ ਇਹਦਾ ਕੀ ਕਰੀਏ ਤੇ ਇਹ ਜੀ ਆਪਣੇ ਸਾਰੇ ਸ਼ਬਦ ਤੁਸੀਂ ਸਾਰਿਆਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਆਪਣੇ ਨੋਟਸ ਬਣਾ ਲੈਣੇ ਨੇ ਤੇ ਵੱਧ ਤੋਂ ਵੱਧ ਪ੍ਰੈਕਟਿਸ ਕਰਨੀ ਆ ਕਿਉਂਕਿ ਜਦੋਂ ਅੱਗੇ ਆਪਾਂ ਵਾਕ ਬਣਾਉਣ ਲੱਗਾਂਗੇ ਤੁਹਾਨੂੰ ਬਹੁਤ ਸੌਖਾ ਲੱਗਣਾ ਤੁਸੀਂ ਕਹੋਗੇ ਵੀ ਹਾਂ ਇਹ ਵੀ ਸਾਡੇ ਵਾਸਤੇ ਸਿੱਖਣਾ ਬਹੁਤ ਜ਼ਰੂਰੀ ਸੀ ਤੇ ਉਮੀਦ ਕਰਦੇ ਹਾਂ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਅਗਲੀ ਵੀਡੀਓ ਲੈ ਕੇ ਜਲਦੀ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ